ਫਿਲਮਾਂ ਨੇ, ਬਹੁਤ ਸਾਰੇ ਲੋਕ ਅੱਜ ਕੱਲ੍ਹ ਫਿਲਮਾਂ ਬਣਾ ਰਹੇ ਨੇ, ਇੱਕ ਕੋਮੇਡੀ ਸਬਜੈਕਟਸ ਲੈ ਰਹੇ ਨੇ, ਲਵ ਸਟੋਰੀਜ਼ ਲੈ ਰਹੇ ਨੇ, ਮੈਨੂੰ ਨਹੀਂ ਲੱਗਦਾ ਵੀ ਕੋਈ ਵੇਖਣ ਜਾਂਦਾ। ਆਈ ਐਮ ਸੋਰੀ ਟੂ ਸੇ ਬਿਕੋਜ਼ ਆਈ ਡੋਂਟ ਗੋ। ਆਪਣੀ ਆਪਣੇ ਪੰਜਾਬ ਦੀ ਕਿੰਨਾ ਇਤਿਹਾਸ ਪਿਆ, ਕਿੰਨੀ ਹਿਸਟਰੀ ਹੈ। ਸੋ ਮੈਨੂੰ ਲੱਗਦਾ ਵੀ ਜਿਹੜਾ ਸਿਨੇਮਾ ਜਿਹੜਾ ਹੈ ਨਾ, ਉਹ ਵਧੀਆ ਹੋਣਾ ਚਾਹੀਦਾ। ਤਾਂਹੀਓ ਮੈਨੂੰ ਅੱਜ ਤੁਸੀਂ ਇੰਟਰਵਿਊ ਕਰ ਰਹੇ ਹੋ। ਐਜ਼ ਐਨ ਐਕਟਰ, ਜਿਵੇਂ ਬਹੁਤ ਸਾਰੀਆਂ ਕੁੜੀਆਂ ਫਿਲਮਾਂ 'ਚ ਕੰਮ ਕਰਦੀਆਂ ਨੇ, ਉਹਨਾਂ ਨੂੰ ਤੁਸੀਂ ਇਹ ਗੱਲ ਕਿਉਂ ਨਹੀਂ ਪੁੱਛ ਲਈ, ਰਾਈਟ? ਸੋ ਮੈਨੂੰ ਇਹ ਲੱਗਦਾ ਕਿ ਸੋਸਾਇਟੀ ਵਾਸਤੇ ਆਪਾਂ ਨੂੰ ਇਹ ਗੱਲਾਂ ਕਰਦੇ ਰਹਿਣਾ ਚਾਹੀਦਾ। ਔਰ ਮੈਨੂੰ ਪਤਾ ਹੈ ਇਹ ਰੋਲ ਬਹੁਤ ਚੈਲੇਂਜਿੰਗ ਹੋਊਗਾ, ਬਹੁਤ ਜ਼ਿਆਦਾ ਮੁਸ਼ਕਤਾਂ ਹੋਣਗੀਆਂ, ਬਟ ਵੇਖੋ ਜਿੱਤ ਉੱਥੇ ਹੀ ਹੈ ਜਿੱਥੇ ਮੁਸ਼ਕਤਾਂ ਹੁੰਦੀਆਂ ਨੇ, ਹੈ ਨਾ, ਚੈਲੇਂਜਿੰਗ। ਔਰ ਮੈਨੂੰ ਲੱਗਦਾ ਵੀ ਇਹ ਜਿਹੀਆਂ ਜਿਹੜੀਆਂ ਲੋਕ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਕੁਛ ਡਿਫਰੈਂਟ ਰੋਲ ਅਦਾ ਕਰਦੇ ਨੇ, ਹੈ ਨਾ, ਪੀ ਟੀ ਊਸ਼ਾ ਨੇ ਕੀਤਾ ਜਿਵੇਂ, ਹੈ ਨਾ। ਸੋ ਇਸੇ ਕਰਕੇ ਇਹਨਾਂ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਇੱਕ ਸਿੱਖ ਦੇ ਕੇ ਜਾਂਦੀਆਂ ਨੇ। ਵੇਖੋ ਜਿਹੜੀਆਂ ਫਿਲਮਾਂ ਨੇ, ਬਹੁਤ ਸਾਰੇ ਲੋਕ ਅੱਜ ਕੱਲ੍ਹ ਫਿਲਮਾਂ ਬਣਾ ਰਹੇ ਨੇ, ਇੱਕ ਕੋਮੇਡੀ ਸਬਜੈਕਟਸ ਲੈ ਰਹੇ ਨੇ, ਲਵ ਸਟੋਰੀਜ਼ ਲੈ ਰਹੇ ਨੇ, ਮੈਨੂੰ ਨਹੀਂ ਲੱਗਦਾ ਵੀ ਕੋਈ ਵੇਖਣ ਜਾਂਦਾ। ਆਈ ਐਮ ਸੋਰੀ ਟੂ ਸੇ ਬਿਕੋਜ਼ ਆਈ ਡੋਂਟ ਗੋ, ਬਿਕੋਜ਼ ਮੈਨੂੰ ਇਹ ਲੱਗਦਾ ਵੀ ਮੈਂ ਹਮੇਸ਼ਾ ਅਸੀਂ ਕਨਸੈਪਚੁਅਲ ਚੀਜ਼ਾਂ ਨੂੰ ਵੇਖਣਾ ਪਸੰਦ ਕਰਦੇ ਹਾਂ, ਬਿਕੋਜ਼ ਵਰਲਡ ਹਿਸਟਰੀ ਹੈ, ਆਪਣੀ ਆਪਣੇ ਪੰਜਾਬ ਦੀ ਕਿੰਨਾ ਇਤਿਹਾਸ ਪਿਆ, ਕਿੰਨੀ ਹਿਸਟਰੀ ਹੈ। ਸੋ ਮੈਨੂੰ ਲੱਗਦਾ ਹੈ ਆਈਕੋਨਸ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ। ਭਾਗ ਮਿਲਖਾ ਭਾਗ ਬਣੀ ਹੈ, ਰਾਈਟ, ਔਰ ਬਹੁਤ ਵਧੀਆ ਫਿਲਮ ਸੀਗੀ। ਸੋ ਦੰਗਲ ਸਾਨੂੰ ਦੇਖਣ ਲਈ ਮਿਲੀ ਹੈ, ਬਹੁਤ ਵਧੀਆ ਫਿਲਮ ਸੀਗੀ। ਸੋ ਮੈਨੂੰ ਲੱਗਦਾ ਵੀ ਜਿਹੜਾ ਸਿਨੇਮਾ ਜਿਹੜਾ ਹੈ ਨਾ, ਉਹ ਵਧੀਆ ਹੋਣਾ ਚਾਹੀਦਾ, ਕੁਛ ਸਿਖਾ ਕੇ ਜਾਵੇ, ਕੁਛ ਤੁਹਾਨੂੰ ਇੰਸਪੀਰੇਸ਼ਨ, ਤੁਹਾਨੂੰ ਇੰਸਪਾਇਰ ਕਰਕੇ ਜਾਵੇ, ਬੱਚਿਆਂ ਨੂੰ ਵੀ, ਯੂਥ ਨੂੰ ਵੀ, ਪੂਰੀ ਫੈਮਿਲੀ ਵੇਖ ਬੈਠ ਕੇ ਇੱਕ ਸਿਨੇਮਾ ਨੂੰ ਵੇਖੇ ਔਰ ਤੁਹਾਨੂੰ ਲੱਗੇ ਕਿ ਹਾਂ ਯਾਰ ਕੀ ਕੰਮ ਕੀਤਾ। ਸੋ ਦੈਟ ਇੰਸਪੀਰੇਸ਼ਨ ਐਂਡ ਦੈਟ ਮੋਟੀਵੇਸ਼ਨਲ ਥਿੰਗ ਨਾ, ਉਹ ਮੈਨੂੰ ਲੱਗਦਾ ਕਿ ਇਹ ਜੇ ਕਿਰਦਾਰਾਂ ਨੂੰ ਨਿਭਾ ਕੇ ਆਉਂਦਾ। ਜਿਹੜੀਆਂ ਫਿਲਮਾਂ ਨੇ, ਬਹੁਤ ਸਾਰੇ ਲੋਕ ਅੱਜ ਕੱਲ੍ਹ ਫਿਲਮਾਂ ਬਣਾ ਰਹੇ ਨੇ, ਇੱਕ ਕੋਮੇਡੀ ਸਬਜੈਕਟਸ ਲੈ ਰਹੇ ਨੇ, ਲਵ ਸਟੋਰੀਜ਼ ਲੈ ਰਹੇ ਨੇ, ਮੈਨੂੰ ਨਹੀਂ ਲੱਗਦਾ ਵੀ ਕੋਈ ਵੇਖਣ ਜਾਂਦਾ। ਆਈ ਐਮ ਸੋਰੀ ਟੂ ਸੇ ਬਿਕੋਜ਼ ਆਈ ਡੋਂਟ ਗੋ। ਆਪਣੀ ਆਪਣੇ ਪੰਜਾਬ ਦੀ ਕਿੰਨਾ ਇਤਿਹਾਸ ਪਿਆ, ਕਿੰਨੀ ਹਿਸਟਰੀ ਹੈ। ਸੋ ਮੈਨੂੰ ਲੱਗਦਾ ਵੀ ਜਿਹੜਾ ਸਿਨੇਮਾ ਜਿਹੜਾ ਹੈ ਨਾ, ਉਹ ਵਧੀਆ ਹੋਣਾ ਚਾਹੀਦਾ। ਤਾਂਹੀਓ ਮੈਨੂੰ ਅੱਜ ਤੁਸੀਂ ਇੰਟਰਵਿਊ ਕਰ ਰਹੇ ਹੋ। ਐਜ਼ ਐਨ ਐਕਟਰ, ਜਿਵੇਂ ਬਹੁਤ ਸਾਰੀਆਂ ਕੁੜੀਆਂ ਫਿਲਮਾਂ 'ਚ ਕੰਮ ਕਰਦੀਆਂ ਨੇ, ਉਹਨਾਂ ਨੂੰ ਤੁਸੀਂ ਇਹ ਗੱਲ ਕਿਉਂ ਨਹੀਂ ਪੁੱਛ ਲਈ, ਰਾਈਟ? ਸੋ ਮੈਨੂੰ ਇਹ ਲੱਗਦਾ ਕਿ ਸੋਸਾਇਟੀ ਵਾਸਤੇ ਆਪਾਂ ਨੂੰ ਇਹ ਗੱਲਾਂ ਕਰਦੇ ਰਹਿਣਾ ਚਾਹੀਦਾ। ਔਰ ਮੈਨੂੰ ਪਤਾ ਹੈ ਇਹ ਰੋਲ ਬਹੁਤ ਚੈਲੇਂਜਿੰਗ ਹੋਊਗਾ, ਬਹੁਤ ਜ਼ਿਆਦਾ ਮੁਸ਼ਕਤਾਂ ਹੋਣਗੀਆਂ, ਬਟ ਵੇਖੋ ਜਿੱਤ ਉੱਥੇ ਹੀ ਹੈ ਜਿੱਥੇ ਮੁਸ਼ਕਤਾਂ ਹੁੰਦੀਆਂ ਨੇ, ਹੈ ਨਾ, ਚੈਲੇਂਜਿੰਗ। ਔਰ ਮੈਨੂੰ ਲੱਗਦਾ ਵੀ ਇਹ ਜਿਹੀਆਂ ਜਿਹੜੀਆਂ ਲੋਕ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਕੁਛ ਡਿਫਰੈਂਟ ਰੋਲ ਅਦਾ ਕਰਦੇ ਨੇ, ਹੈ ਨਾ, ਪੀ ਟੀ ਊਸ਼ਾ ਨੇ ਕੀਤਾ ਜਿਵੇਂ, ਹੈ ਨਾ। ਸੋ ਇਸੇ ਕਰਕੇ ਇਹਨਾਂ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਇੱਕ ਸਿੱਖ ਦੇ ਕੇ ਜਾਂਦੀਆਂ ਨੇ। ਵੇਖੋ ਜਿਹੜੀਆਂ ਫਿਲਮਾਂ ਨੇ, ਬਹੁਤ ਸਾਰੇ ਲੋਕ ਅੱਜ ਕੱਲ੍ਹ ਫਿਲਮਾਂ ਬਣਾ ਰਹੇ ਨੇ, ਇੱਕ ਕੋਮੇਡੀ ਸਬਜੈਕਟਸ ਲੈ ਰਹੇ ਨੇ, ਲਵ ਸਟੋਰੀਜ਼ ਲੈ ਰਹੇ ਨੇ, ਮੈਨੂੰ ਨਹੀਂ ਲੱਗਦਾ ਵੀ ਕੋਈ ਵੇਖਣ ਜਾਂਦਾ। ਆਈ ਐਮ ਸੋਰੀ ਟੂ ਸੇ ਬਿਕੋਜ਼ ਆਈ ਡੋਂਟ ਗੋ, ਬਿਕੋਜ਼ ਮੈਨੂੰ ਇਹ ਲੱਗਦਾ ਵੀ ਮੈਂ ਹਮੇਸ਼ਾ ਅਸੀਂ ਕਨਸੈਪਚੁਅਲ ਚੀਜ਼ਾਂ ਨੂੰ ਵੇਖਣਾ ਪਸੰਦ ਕਰਦੇ ਹਾਂ, ਬਿਕੋਜ਼ ਵਰਲਡ ਹਿਸਟਰੀ ਹੈ, ਆਪਣੀ ਆਪਣੇ ਪੰਜਾਬ ਦੀ ਕਿੰਨਾ ਇਤਿਹਾਸ ਪਿਆ, ਕਿੰਨੀ ਹਿਸਟਰੀ ਹੈ। ਸੋ ਮੈਨੂੰ ਲੱਗਦਾ ਹੈ ਆਈਕੋਨਸ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ। ਭਾਗ ਮਿਲਖਾ ਭਾਗ ਬਣੀ ਹੈ, ਰਾਈਟ, ਔਰ ਬਹੁਤ ਵਧੀਆ ਫਿਲਮ ਸੀਗੀ। ਸੋ ਦੰਗਲ ਸਾਨੂੰ ਦੇਖਣ ਲਈ ਮਿਲੀ ਹੈ, ਬਹੁਤ ਵਧੀਆ ਫਿਲਮ ਸੀਗੀ। ਸੋ ਮੈਨੂੰ ਲੱਗਦਾ ਵੀ ਜਿਹੜਾ ਸਿਨੇਮਾ ਜਿਹੜਾ ਹੈ ਨਾ, ਉਹ ਵਧੀਆ ਹੋਣਾ ਚਾਹੀਦਾ, ਕੁਛ ਸਿਖਾ ਕੇ ਜਾਵੇ, ਕੁਛ ਤੁਹਾਨੂੰ ਇੰਸਪੀਰੇਸ਼ਨ, ਤੁਹਾਨੂੰ ਇੰਸਪਾਇਰ ਕਰਕੇ ਜਾਵੇ, ਬੱਚਿਆਂ ਨੂੰ ਵੀ, ਯੂਥ ਨੂੰ ਵੀ, ਪੂਰੀ ਫੈਮਿਲੀ ਵੇਖ
ਬੈਠ ਕੇ ਇੱਕ ਸਿਨੇਮਾ ਨੂੰ ਵੇਖੇ ਔਰ ਤੁਹਾਨੂੰ ਲੱਗੇ ਕਿ ਹਾਂ ਯਾਰ ਕੀ ਕੰਮ ਕੀਤਾ। ਸੋ ਦੈਟ ਇੰਸਪੀਰੇਸ਼ਨ ਐਂਡ ਦੈਟ ਮੋਟੀਵੇਸ਼ਨਲ ਥਿੰਗ ਨਾ, ਉਹ ਮੈਨੂੰ ਲੱਗਦਾ ਕਿ ਇਹ ਜਿਹੇ ਕਿਰਦਾਰਾਂ ਨੂੰ ਨਿਭਾ ਕੇ ਹੀ ਆਉਂਦਾ।